ਇਹ ਹਵੇਲੀ ਪੰਜਾਬ ਦੇ ਕਸਬਾ ਮਹਿਤਾ ਚੌਂਕ ਦੇ ਨਜ਼ਦੀਕ ਪਿੰਡ ਚੋਣੇ ਵਿੱਚ ਬਣੀ ਹੋਈ ਹੈ। ਕੋਈ 100 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਇਸ ਹਵੇਲੀ ਦੀ ਵਿਸ਼ਾਲਤਾ ਦੇਖ ਕੇ ਇੱਕ ਵਾਰੀ ਤਾਂ ਇਨਸਾਨ ਹੈਰਾਨ ਰਹਿ ਜਾਂਦਾ ਹੈ। ਨਾਨਕਾ ਪਿੰਡ ਲਾਗੇ ਹੋਣ ਕਰਕੇ ਇਸ ਹਵੇਲੀ ਨੂੰ ਅਸੀਂ ਵੀ ਬਚਪਨ ਤੋਂ ਦੇਖਦੇ ਆ ਰਹੇ ਹਾਂ। ਇਹ ਹਵੇਲੀ ਇਸ ਪਿੰਡ ਵਿੱਚ ਰਹਿੰਦੇ ਦੋ ਭਲਵਾਨ ਭਰਾਵਾਂ ਦੁਆਰਾ ਬਣਾਈ ਗਈ ਸੀ, ਜੋ ਕਿ ਉਸ ਸਮੇਂ ਆਰਥਿਕ ਪੱਖ ਤੋਂ ਤਾਂ ਬਹੁਤ ਹੀ ਕਮਜ਼ੋਰ ਸਨ, ਪਰ ਸਰੀਰਕ ਪੱਖ ਤੋਂ ਉਹ ਬਹੁਤ ਤਗੜੇ ਸਨ ਅਤੇ ਸਰੀਰਕ ਪੱਖ ਤੋਂ ਤਗੜੇ ਹੋਣ ਕਰਕੇ ਹੀ ਉਹਨਾਂ ਭਲਵਾਨ ਭਰਾਵਾਂ ਨੂੰ ਕੁਸ਼ਤੀ ਦਾ ਵੀ ਸ਼ੌਂਕ ਸੀ ਅਤੇ ਉਹਨਾਂ ਦਾ ਇਹ ਸ਼ੌਂਕ ਹੀ ਉਹਨਾਂ ਨੂੰ ਇਸ ਪਿੰਡ ਤੋਂ ਕਲਕੱਤੇ ਅਤੇ ਕਲਕੱਤੇ ਤੋਂ ਫਿਰ ਇੰਡੋਨੇਸ਼ੀਆ ਤੱਕ ਲੈ ਗਿਆ ਸੀ। ਇੰਡੋਨੇਸ਼ੀਆ ਵਿੱਚ ਜਾ ਕੇ ਉਹਨਾਂ ਭਲਵਾਨ ਭਰਾਵਾਂ ਨੇ ਕੁਸ਼ਤੀ ਵਿੱਚ ਕਾਫੀ ਨਾਮ ਅਤੇ ਪੈਸਾ ਕਮਾਇਆ ਸੀ। ਕੁਝ ਸਮੇਂ ਬਾਅਦ ਉਹ ਭਲਵਾਨ ਭਰਾ ਆਪਣੇ ਪਿੰਡ ਵਾਪਸ ਪਰਤੇ। ਪਿੰਡ ਵਾਪਸ ਪਰਤ ਕੇ ਉਹਨਾਂ ਭਲਵਾਨ ਭਰਾਵਾਂ ਨੇ ਆਪਣੇ ਛੋਟੇ ਜਿਹੇ ਘਰ ਦੀ ਜਗ੍ਹਾ 'ਤੇ ਇਸ ਆਲੀਸ਼ਾਨ ਹਵੇਲੀ ਦਾ ਨਿਰਮਾਣ ਕਰਵਾਇਆ ਸੀ ਅਤੇ ਅੱਜ ਇਸ ਹਵੇਲੀ ਦੀ ਹਾਲਤ ਬਹੁਤ ਹੀ ਮਾੜੀ ਹੋ ਚੁੱਕੀ ਹੈ। ਇਸ ਹਵੇਲੀ ਵਿੱਚ ਜੋ ਟਾਈਲਾਂ ਲੱਗੀਆਂ ਨੇ, ਕਿਹਾ ਜਾਂਦਾ ਹੈ ਕਿ ਇਹ ਉਸ ਵੇਲੇ ਬਾਹਰ ਦੇ ਮੁਲਕਾਂ ਤੋਂ ਮੰਗਵਾਈਆਂ ਗਈਆਂ ਸਨ। ਇਹ ਹਵੇਲੀ ਇੱਕ ਆਲੀਸ਼ਾਨ ਮਹਿਲ ਦੀ ਤਰ੍ਹਾਂ ਬਣਾਈ ਗਈ ਸੀ, ਜਿਸ ਵਿੱਚ ਕਿ ਅਣਗਿਣਤ ਹੀ ਦਰਵਾਜ਼ੇ ਲੱਗੇ ਹੋਏ ਸਨ। ਜਦ ਇਹ ਹਵੇਲੀ ਬਣਨੀ ਸ਼ੁਰੂ ਹੋਈ ਸੀ ਤਾਂ ਇਸ ਵਿੱਚ ਲੱਗਣ ਵਾਲਾ ਸਾਰਾ ਲੋਹਾ ਬਟਾਲਾ ਸ਼ਹਿਰ ਤੋਂ ਆਇਆ ਸੀ। ਕਿਹਾ ਜਾਂਦਾ ਹੈ ਕਿ ਉਸ ਵੇਲੇ ਤਕਰੀਬਨ ਇੰਨਾ ਇਸ ਵਿੱਚ ਲੋਹਾ ਲੱਗਾ ਸੀ ਕਿ ਬਟਾਲੇ ਸ਼ਹਿਰ ਦਾ ਲੋਹਾ ਹੀ ਖਤਮ ਹੋ ਗਿਆ ਸੀ। ਜਦ ਇਹ ਹਵੇਲੀ ਬਣ ਰਹੀ ਸੀ ਤਾਂ ਲੋਕੀ ਦੂਰੋਂ ਦੂਰੋਂ ਇਸ ਹਵੇਲੀ ਨੂੰ ਦੇਖਣ ਵਾਸਤੇ ਆਉਂਦੇ ਸਨ। ਅੱਜ ਇਸ ਹਵੇਲੀ ਵਿੱਚ ਲੱਗੇ ਹੋਏ ਕਾਫੀ ਦਰਵਾਜ਼ੇ, ਖਿੜਕੀਆਂ ਅਤੇ ਗਰਿੱਲਾਂ ਲਗਭਗ ਖਤਮ ਹੋ ਚੁੱਕੀਆਂ ਹਨ ਅਤੇ ਜੋ ਬਚੀਆਂ ਹਨ ਉਹ ਵੀ ਬਹੁਤ ਮਾੜੀ ਹਾਲਤ ਵਿੱਚ ਹਨ। ਕਿਹਾ ਜਾਂਦਾ ਹੈ ਕਿ ਇਸ ਹਵੇਲੀ ਨੂੰ ਬਣਾਉਣ ਲਈ ਤਕਰੀਬਨ 2 ਕਰੋੜ ਤੋਂ ਵੀ ਜ਼ਿਆਦਾ ਇੱਟ ਦੀ ਵਰਤੋਂ ਕੀਤੀ ਗਈ ਸੀ। ਇਸ ਹਵੇਲੀ ਵਿੱਚ ਰੋਸ਼ਨੀ ਅਤੇ ਹਵਾ ਵਾਸਤੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਸੀ। ਕਿਸੇ ਟਾਈਮ ਬਹੁਤ ਹੀ ਆਲੀਸ਼ਾਨ ਰਹੀ ਇਹ ਹਵੇਲੀ, ਜਿਸ ਨੂੰ ਕਿ ਦੇਖਣ ਲਈ ਲੋਕ ਦੂਰੋਂ ਦੂਰੋਂ ਆਉਂਦੇ ਸਨ, ਅੱਜ ਉਸ ਵਿੱਚ ਅੰਦਰ ਆਉਂਦਿਆਂ ਵੀ ਡਰ ਲੱਗਦਾ ਹੈ। ਉਸ ਟਾਈਮ 'ਤੇ ਵੀ ਇਸ ਹਵੇਲੀ ਵਿੱਚ ਅਜਿਹੇ ਫਰਸ਼ ਦੇਖ ਕੇ ਆਦਮੀ ਹੈਰਾਨ ਰਹਿ ਜਾਂਦਾ ਹੈ, ਕਿਉਂਕਿ ਜਿਸ ਟਾਈਮ 'ਤੇ ਇਹ ਹਵੇਲੀ ਬਣੀ ਸੀ ਉਸ ਟਾਈਮ ਲੋਕਾਂ ਦੇ ਘਰ ਤਕਰੀਬਨ ਜ਼ਿਆਦਾਤਰ ਕੱਚੇ ਹੀ ਹੋਇਆ ਕਰਦੇ ਸਨ। ਇਸ ਹਵੇਲੀ ਦੇ ਉੱਪਰ ਬਹੁਤ ਹੀ ਵੱਡੇ 2 ਗੁੰਬਦ ਵੀ ਬਣੇ ਹੋਏ ਹਨ। ਕਾਫੀ ਉੱਚੀ ਹੋਣ ਕਰਕੇ ਇਹ ਹਵੇਲੀ ਕਈ ਕਿਲੋਮੀਟਰ ਦੂਰ ਤੋਂ ਹੀ ਦਿਖਾਈ ਦੇ ਜਾਂਦੀ ਹੈ ਅਤੇ ਇਸ ਦੀ ਛੱਤ ਉੱਪਰ ਖੜ੍ਹੇ ਹੋ ਕੇ ਵੀ ਕਾਫੀ ਦੂਰ ਦੂਰ ਤੱਕ ਦਾ ਨਜ਼ਾਰਾ ਦੇਖਿਆ ਜਾ ਸਕਦਾ ਹੈ।
70 ਦੇ ਦਹਾਕਿਆਂ ਤੱਕ ਭਲਵਾਨ ਭਰਾਵਾਂ ਦੀ ਪੀੜ੍ਹੀ ਇਸ ਹਵੇਲੀ ਵਿੱਚ ਰਹਿੰਦੀ ਰਹੀ ਸੀ। ਉਦੋਂ ਤੱਕ ਤਾਂ ਇਸ ਹਵੇਲੀ ਦੀ ਹਾਲਤ ਠੀਕ ਸੀ ਅਤੇ ਹੁਣ ਇਸ ਹਵੇਲੀ ਦੀ ਹਾਲਤ ਤੁਸੀਂ ਦੇਖ ਸਕਦੇ ਹੋ। ਸਿਆਣੇ ਵੀ ਕਹਿੰਦੇ ਨੇ ਕਿ ਘਰ ਵੀ ਵੱਸਦਿਆਂ ਦੇ ਹੁੰਦੇ ਨੇ ਅਤੇ ਅੱਜ ਇਸ ਹਵੇਲੀ ਦੀ ਹਾਲਤ ਬਹੁਤ ਹੀ ਮਾੜੀ ਹੋ ਚੁੱਕੀ ਹੈ। ਜਿਸ ਹਵੇਲੀ ਨੂੰ ਦੇਖਣ ਲਈ ਲੋਕ ਦੂਰੋਂ ਦੂਰੋਂ ਆਉਂਦੇ ਸਨ, ਅੱਜ ਉਹ ਹਵੇਲੀ ਆਪਣੀ ਹੋਂਦ ਕਾਇਮ ਰੱਖਣ ਲਈ ਸਮੇਂ ਨਾਲ ਜੰਗ ਕਰਦੀ ਹੋਈ ਲੱਗ ਰਹੀ ਹੈ। ਅਗਰ ਇਸ ਹਵੇਲੀ ਦੀ ਸਾਂਭ ਸੰਭਾਲ ਕੀਤੀ ਜਾਂਦੀ ਤਾਂ ਅੱਜ ਵੀ ਇਹ ਇੱਕ ਦੇਖਣਯੋਗ ਚੀਜ਼ ਹੋਣੀ ਸੀ।